ਜਿਸ ਉਮਰੇ ਬਜ਼ੁਰਗਾਂ ਦੇ ਗੋਡੇ ਗਿੱਟੇ ਦੁਖਦੇ ਨੇ ਉਸ ਉਮਰੇ ਇਸ ਗੁਰਸਿੱਖ 65 ਸਾਲਾ ਬਜ਼ੁਰਗ ਨੇ ਗੋਲਡ ਮੈਡਲ ਜਿੱਤੇ ਨੇ। ਜੀ ਹਾਂ, ਇਹਨਾਂ ਦਾ ਨਾਮ ਭਿੰਦਰ ਸਿੰਘ ਹੈ, ਜਿਨ੍ਹਾਂ ਦੀ ਉਮਰ 65 ਸਾਲ ਹੈ ਤੇ ਇਹਨਾਂ ਨੇ ਉਮਰਾਂ ਨੂੰ ਮਾਤ ਦਿੰਦੇ ਹੋਏ ਨੇਪਾਲ 'ਚ ਇੰਟਰਨੈਸ਼ਨਲ ਮਾਸਟਰ ਐਥਲੀਟ ਚੈਂਪੀਅਨਸ਼ਿਪ ਦੇ ਵਿੱਚ 2 ਗੋਲਡ ਮੈਡਲ ਜਿੱਤੇ ਨੇ, ਉਹ ਵੀ 800 ਮੀਟਰ ਦੌੜ ਅਤੇ ਸ਼ਾਰਟ ਪੁੱਟ 'ਚ। ਅਤੇ ਇਹ ਗੁਰਸਿੱਖ ਬਜ਼ੁਰਗ ਕਰਨਾਲ ਦੇ ਛੋਟੇ ਜਿਹੇ ਪਿੰਡ ਡਬਰੀ ਤੋਂ ਸੰਬੰਧਿਤ ਨੇ, ਜਿਨ੍ਹਾਂ ਦਾ ਪਿੰਡ ਪਹੁੰਚਣ ਤੇ ਪਿੰਡ ਵਾਸੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ, ਜਿਸ ਦੇ ਬਾਅਦ ਉਹਨਾਂ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਰਿਹਾ। ਪਿੰਡ ਪਹੁੰਚਣ ਤੇ ਢੋਲ ਤੇ ਨਗਾੜਿਆਂ ਤੇ ਫੁੱਲਾਂ ਦੇ ਹਾਰ ਪਾ ਕੇ ਉਹਨਾਂ ਦਾ ਸਵਾਗਤ ਕੀਤਾ ਗਿਆ। ਦੱਸਣਾ ਬਣਦਾ ਹੈ ਕਿ 65 ਸਾਲਾ ਬਜ਼ੁਰਗ ਭਿੰਦਰ ਸਿੰਘ ਦਾ ਬੇਟਾ USA 'ਚ ਬਾਕਸਰ ਹੈ ਤੇ ਭਿੰਦਰ ਸਿੰਘ ਆਪਣੇ ਪੋਤੇ ਅਤੇ ਦੋਹਤਿਆਂ ਲਈ ਵੀ ਪ੍ਰੇਰਣਾ ਬਣੇ ਨੇ, ਨਾਲ ਹੀ ਹੋਰ ਨੌਜਵਾਨ ਵੀ ਇਹਨਾਂ ਨੂੰ ਵੇਖ ਕੇ ਮੋਟੀਵੇਟ ਹੋ ਰਹੇ ਨੇ। ਐਸੇ ਨਾਮ ਮੇਰਾ ਬਿੰਦਰ ਸਿੰਘ ਗਰਾਇਆ ਹੈ, ਡਬਰੀ ਕੇ ਰਹਿਣੇ ਵਾਲੇ ਆਮ ਜੀ, ਤੇ ਇਹ ਨੇਪਾਲ ਮੇ ਸੀ ਇੰਟਰਨੈਸ਼ਨਲ ਜੀ, ਪਹਿਲੇ ਸਟੇਟ ਹੋਤੀ ਹੈ ਫਿਰ ਨੈਸ਼ਨਲ ਹੋਤੀ ਹੈ ਫਿਰ ਇੰਟਰਨੈਸ਼ਨਲ ਹੋਤੀ ਹੈ, ਹਮ ਨੇਪਾਲ ਮੇ ਇੰਟਰਨੈਸ਼ਨਲ ਖੇਲ ਕੇ ਆਇਆ ਜੀ, ਔਰ 800 ਮੀਟਰ ਮੇ ਮੇਰਾ ਗੋਲਡ ਹੈ ਔਰ ਸ਼ੋਟ ਪੁੱਟ ਮੇਰਾ ਗੋਲਡ ਹੈ ਜੀ, ਹਾਂਜੀ 2 ਗੋਲਡ ਹੈ ਨੇਪਾਲ ਮੇ ਹਮ ਖੇਲ ਕੇ ਆਏ। ਕਿਆ ਆਪਕੀ ਉਮਰ ਹੈ, ਕੈਸੇ ਤਿਆਰੀ ਕਰਤੇ ਹੈ, ਕਬ ਸੇ ਆਪ ਲਗੇ ਹੋਏ ਹੈ, ਇਸਸੇ ਪਹਿਲੇ ਕੌਨ ਕੌਨ ਸੇ ਟੂਰਨਾਮੈਂਟ ਖੇਲੇ? ਐਸਾ ਹੈ ਜੀ, ਮੇਰੇ ਕੋ 5-6 ਸਾਲ ਹੋ ਗਏ ਨੇ ਖੇਲਤੇ ਕੋ, ਔਰ ਕਿਸੀ ਮੇ ਮੇਰੇ ਕੋ ਬਰੌਂਜ ਵੀ ਹੈ ਔਰ ਮੇਰੇ ਸਟੇਟ ਮੇ ਗੋਲਡ ਵੀ ਹੈ ਔਰ ਨੈਸ਼ਨਲ ਮੇ ਵੀ ਹੈ ਮੇ। ਐਸੇ ਹੈ ਵੀ ਮੈਡਲ ਇੱਕ ਵਾਰੀ ਵਿਦੇਸ਼ਾ ਗਏ ਥੇ, ਮੇਰਾ ਮੈਡਲ ਵਿਦੇਸ਼ਾ ਮੇ ਨਹੀਂ ਆਇਆ ਥਾ। ਐਸਾ ਜੋ ਮਿਹਨਤ ਕਰੋਗੇ ਤੇ ਮੈਨੇ ਪੂਰੀ ਧਾਰ ਲਈ ਸੀ ਵੀ ਆਪ ਮੈਨੇ ਮਿਹਨਤ ਕਰਨੀ ਹੈ ਔਰ ਮੈਨੇ ਗੋਲਡ ਲੈ ਕੇ ਆਉਣਾ ਹੈ। ਦਿਲ ਮੇ ਆਤੀ ਹੈ, ਮੈਨੇ ਜਬ ਮੈਂ ਵਿਦੇਸ਼ਾ ਸੇ ਚਲਾ, ਮੇਰੇ ਕੋ ਬਹੁਤ ਲਗਾ ਵੀ ਮੈਂ ਬਿਲਕੁਲ ਖਾਲੀ ਗਾਓ ਮੈਂ ਜਾ ਰਹਾ ਹੂੰ, ਹੈ ਕਿਆ ਮੂੰਹ ਲੈ ਕੇ ਜਾਊਂਗਾ। ਫਿਰ ਮੈਨੇ ਐਸੀ ਮਿਹਨਤ ਕਰੀ, ਅਬ ਮੇਰੇ ਦੇਖੋ ਮੈਂ ਇੰਟਰਨੈਸ਼ਨਲ ਮੇ ਗੋਲਡ ਲੈ ਕੇ ਆਇਆ ਹੂੰ। ਵੇਖੋ ਮਿਹਨਤ ਖਾਲੀ ਨਹੀਂ ਜਾਤੀ, ਜੇ ਮਿਹਨਤ ਕਰੋਗੇ ਤੇ ਬਹੁਤ ਅੱਗੇ ਜਾਓਗੇ। ਕਿਆ ਆਪਕੀ ਉਮਰ ਹੈ ਔਰ ਯੁਵਾਓਂ ਕੋ ਕਿਆ ਸੰਦੇਸ਼ ਦੇਣਾ? ਦੇਖੋ ਜੀ, ਮੇਰੀ 65 ਸਾਲ ਹੋ ਗਈ, ਆ ਮੇਰਾ ਦੋਹਤਰਾ ਹੈ, ਉਹ ਮੇਰਾ ਪੁੱਤਾ ਹੈ, ਹਾਂਜੀ। ਹੁਣ ਵੇਖੋ ਮੈਂ ਤਾਂ ਸਾਰਿਆਂ ਨੂੰ ਇਹ ਆਉਂਦਾ ਵੀ ਮਿਹਨਤ ਕਰੋ, ਨਾਲੇ ਸਰੀਰ ਫਿੱਟ ਰਹੇਗਾ, ਨਾਲੇ ਵੇਖੋ ਅੱਜ ਆਲ ਵਰਲਡ ਵਿੱਚ ਡਬਰੀ ਦਾ ਨਾਮ ਉੱਚਾ ਹੋਇਆ, ਆਪਣੇ ਕਰਨਾਲ ਦਾ ਨਾਮ ਉੱਚਾ ਹੋਇਆ ਤੇ ਆਪਣੇ ਇੰਡੀਆ ਦਾ ਨਾਮ ਉੱਚਾ ਹੋਇਆ, ਤੇ ਜੇ ਮਿਹਨਤ ਕਰੋਗੇ ਤਾਂ ਤਾਂ ਹੀ ਹੋਏਗਾ ਨਾ, ਹਾਂਜੀ। ਇੱਕ ਸਿੱਖ ਕੌਮ ਦੀ ਸ਼ਾਨ ਵੇਖੋ ਕਿੰਨੀ ਉੱਚੀ ਹੋਈ, ਅੱਜ ਆਲ ਵਰਲਡ 'ਚ ਨਾਮ ਆਇਆ ਵੀ ਇੱਕ ਡਬਰੀ ਦੇ ਛੋਟੇ ਛੋਟੇ ਜਿਹੇ ਪਿੰਡ ਦਾ ਇੰਟਰਨੈਸ਼ਨਲ ਖੇਡ ਕੇ ਆਇਆ, ਹਾਂਜੀ, ਅਤੇ ਡਬਰੀ ਦਾ ਨਾਮ ਕਿੰਨਾ ਉੱਚਾ ਹੋਇਆ, ਹਾਂਜੀ। ਅਤੇ ਇੱਕ ਪੱਗ ਦਾ ਨਿਸ਼ਾਨ ਗੁਰੂ ਗੋਬਿੰਦ ਸਿੰਘ ਦਾ ਵੇਖੋ ਨਿਸ਼ਾਨ ਅੱਜ ਕਿੰਨਾ ਉੱਚਾ ਹੋਇਆ ਜੀ। ਅਤੇ ਸਾਡੀ ਵੇਖੋ ਸਾਡੀਆਂ ਤਿਰੰਗੇ ਨੂੰ ਕਿਉਂ ਅਸੀਂ ਮਾੜਾ ਆਖੀਏ, ਸਾਡੀ 85% ਜਿਹੜੀਆਂ ਨੇ ਤਿਰੰਗੇ ਦੀਆਂ ਸਾਡੀਆਂ ਕੁਰਬਾਨੀਆਂ ਨੇ ਸਿੱਖਾਂ ਦੀਆਂ, ਅਸੀਂ ਤਿਰੰਗੇ ਨੂੰ ਕਿਉਂ ਮਾੜਾ ਆਖੀਏ ਜੀ, ਹਾਂਜੀ, ਸਾਡੀਆਂ 85% ਕੁਰਬਾਨੀਆਂ ਨੇ ਸਾਡੀ ਤਿਰੰਗੇ ਪਿੱਛੇ। ਅਤੇ ਇੱਕ ਸਿੱਖ ਕੌਮ ਦਾ ਇੱਕ ਗੁਲਾਬ ਦਾ ਫੁੱਲ ਹੈ, ਇੱਕ ਗੁਲਾਬ ਦਾ ਫੁੱਲ, ਇਹਨੂੰ ਮਤਲਬ ਐਡਾ ਮਾੜਾ ਨਾ ਸਮਝੋ, ਇਹ ਬਿਲਕੁਲ ਪਿੱਛੇ ਹਟਣ ਵਾਲਾ ਨਹੀਂ। ਅਸੀਂ ਜਿਹੜੇ ਸਾਡੇ ਜਿਹੜੇ ਸਿੰਘ ਨੇ ਇਹ ਰਾਤੀ 12 ਵਜੇ ਜਾ ਕੇ, ਅਤੇ ਜਦੋਂ ਉਹ ਮਤਲਬ ਮੁਗਲ ਜਿਹੜੇ ਸਨ ਲੜਕੀਆਂ ਨੂੰ ਲੈ ਜਾਂਦੇ ਸਨ, ਰਾਤੀ 12 ਵਜੇ ਜਾ ਕੇ ਮੁਗਲਾਂ ਦੀਆਂ ਲੜਕੀਆਂ ਨੂੰ ਛਡਾ ਕੇ ਅਤੇ ਘਰੋਂ ਘਰੀ ਭੇਜਦੇ ਸਨ। ਇਸੇ ਕਰਕੇ ਤਾਂ ਸਾਡਾ ਵੇਖੋ ਹੁਣ ਸਤਿਕਾਰ ਨੇਪਾਲ 'ਚ ਕਿੰਨਾ ਸਤਿਕਾਰ ਹੋਇਆ, ਨਹੀਂ ਤਾਂ ਲੜਕੀ ਕੋਈ ਨੇੜੇ ਨਹੀਂ ਹੁੰਦੀ। ਜਿਹੜੇ ਮੇਰੇ ਨਾਲ ਗਏ ਸਨ ਉਹਨੇ ਆਉਂਦੇ ਨੇ ਵੀ ਐਸਾ ਵੀ ਮੈਡਲ ਜਿੱਤੇ ਹਾਂ, ਹਾਂਜੀ ਹਾਂਜੀ, ਅਤੇ ਆਉਂਦੇ ਨੇ ਤੁਹਾਡੇ ਸਾਥ ਇਤਨਾ ਮਤਲਬ ਪਿਆਰ ਕਿਉਂ ਕਰਦੇ ਨੇ, ਮੈਂ ਪਗੜੀ ਕੋ ਦੇਖ ਕੇ ਪਿਆਰ ਕਰਦੇ, ਹਾਂਜੀ, ਬਹੁਤ ਪਿਆਰ ਮਿਲਾ ਹੈ, ਬਹੁਤ ਜ਼ਿਆਦਾ, ਅੱਗੇ ਸਟੇਟ ਕੇ ਉੱਪਰ ਉਹਨੇ ਬਿਠਾਇਆ, ਬਹੁਤ ਸਤਿਕਾਰ ਕੀਆ, ਇਤਨਾ ਕਰ ਹੀ ਨਹੀਂ ਸਕਦਾ ਜਿੰਨਾ ਮੇਰਾ ਸਤਿਕਾਰ ਕਰਦੀ ਹੈ।